ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਲੈ ਕੇ ਮੈਂ ਪਰਨਕੋਰ ਮਾਨ ਹਾਜ਼ਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਏਟੀ ਅਮਰੀਕਾ ਚ 46000 ਤੋਂ ਵੱਧ ਪ੍ਰਵਾਸੀ ਨਾਗਰਿਕ ਗ੍ਰਿਫਤਾਰ ਨਿਊਯਾਰਕ ਸਿਟੀ ਦੇ ਮੇਅਰ ਵੱਲੋਂ ਪ੍ਰਵਾਸੀਆਂ ਨੂੰ ਰੱਖਣ ਦੀ ਬਣ ਰਹੀ ਹੈ ਯੋਜਨਾ ਐਚ1ਵੀ ਵੀਜ਼ਾ ਤੋਂ ਇਨਕਾਰ 70 ਪਾਰਟੀਆਂ ਨੇ ਅਮਰੀਕੀ ਸਰਕਾਰ ਖਿਲਾਫ ਕੀਤੀ ਕਾਨੂੰਨੀ ਕਾਰਵਾਈ ਕੈਨੇਡਾ ਦੇ ਹਵਾਈ ਅੱਡਿਆਂ ਤੇ ਲੱਗਣ ਲੱਗੇ ਸ਼ਰਨਾਰਥੀਆਂ ਦੇ ਮੇਲੇ ਫਰਜ਼ੀ ਦਸਤਾਵੇਜ਼ ਮਾਮਲਾ ਕੈਨੇਡੀਅਨ ਅਦਾਲਤ ਨੇ ਬ੍ਰਿਜੇਸ਼ ਮਿਸ਼ਰਾ ਨੂੰ ਨਹੀਂ ਦਿੱਤੀ ਰਾਹਤ ਵੱਡੀ ਖਬਰ ਅਮਰੀਕਾ ਨੇ ਇੱਕ ਦਿਨ ਦੇ ਵਿੱਚ ਡਿਪੋਰਟ ਕੀਤੇ 21 ਭਾਰਤੀ ਵਿਦਿਆਰਥੀ ਐਟਲੈਂਟਿਕ ਮਹਾਸਾਗਰ ਵਿੱਚ ਕਿਸ਼ਤੀ ਪਲਟਣ ਦੇ ਨਾਲ 60 ਲੋਕ ਡੁੱਬੇ ਨੇ 7 ਦੀ ਮੌਤ ਜਦਕਿ 38 ਲੋਕਾਂ ਨੂੰ ਬਚਾਇਆ ਲੱਖਾਂ ਰੁਪਏ ਖਰਚ ਕੇ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨਾਂ ਦੇ ਟੁੱਟੇ ਸੁਪਨੇ ਭੀਖ ਮੰਗਣ ਦੇ ਲਈ ਹੋਏ ਮਜਬੂਰ ਇੰਗਲਿਸ਼ ਚੈਨਲ 'ਚ ਪ੍ਰਵਾਸੀ ਕਿਸ਼ਤੀ ਪਲਟਣ ਤੋਂ ਬਾਅਦ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਹੋਰ ਲੋਕ ਲਾਪਤਾ ਨੇ ਗ੍ਰੇਸ ਕਟਰ ਵੇਵਰਮੈਨ ਨੇ ਯੂਕੇ 'ਚ ਦਾਖਲ ਹੋਣ ਦੌਰਾਨ ਸਮੁੰਦਰ ਵਿੱਚ ਡੁੱਬ ਕੇ ਮਰੇ ਪ੍ਰਵਾਸੀਆਂ ਦੀ ਮੌਤ ਤੇ ਦੁੱਖ ਪ੍ਰਗਟਾਇਆ ਹੈ ਅਸੀਂ ਦੇਖ ਰਹੇ ਹਾਂ ਵੀਕਲੀ ਇਮੀਗ੍ਰੇਸ਼ਨ ਅਪਡੇਟ ਅਮਰੀਕਾ ਵੱਲੋਂ ਬੀਤੇ ਸਾਲ 2022 ਵਿੱਚ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਵੱਲੋਂ ਸਾਂਝੇ ਤੌਰ ਤੇ 46396 ਪ੍ਰਵਾਸੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ 21531 ਅਪਰਾਧਾਂ ਸਮੇਤ 198498 ਦੋਸ਼ ਸਨ ਇਹਨਾਂ ਵਿੱਚ 8164 ਸੈਕਸ ਅਤੇ ਜਿੰਸੀ ਸ਼ੋਸ਼ਣ ਦੇ ਅਪਰਾਧ 5554 ਹਥਿਆਰਾਂ ਨਾਲ ਸੰਬੰਧਿਤ ਅਪਰਾਧ 1501 ਕਤਲ ਸੰਬੰਧਿਤ ਅਪਰਾਧ ਅਤੇ 1114 ਅਗਵਾ ਦੇ ਜ਼ੁਰਮਾਂ ਨਾਲ ਸੰਬੰਧਿਤ ਸਨ ਆਈਸੀਈ ਦੇ ਤਿੰਨ ਸੰਚਾਲਨ ਡਾਇਰੈਕਟੋਰੇਟਾਂ ਵਿੱਚੋਂ ਇੱਕ ਹੋਣ ਦੇ ਨਾਤੇ IRO ਕਰੇਲੂ ਇਮੀਗ੍ਰੇਸ਼ਨ ਲਾਗੂ ਕਰਨ ਦੇ ਲਈ ਪ੍ਰਮੁੱਖ ਸੰਗੀ ਕਾਨੂੰਨ ਲਾਗੂ ਕਰਨ ਵਾਲੀ ਅਥਾਰਟੀ ਹੈ IRO ਦਾ ਮਿਸ਼ਨ ਅਮਰੀਕੀ ਪਾਇਚਾਰਿਆਂ ਦੀ ਸੁਰੱਖਿਆ ਅਤੇ US ਇਮੀਗ੍ਰੇਸ਼ਨ ਕਾਨੂੰਨਾਂ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਵਾਲੇ ਲੋਕਾਂ ਦੀ ਗ੍ਰਿਫਤਾਰੀ ਅਤੇ ਹਟਾਉਣ ਦੁਆਰਾ ਵਤਨ ਦੀ ਰੱਖਿਆ ਕਰਨਾ ਹੈ ਇਹ ਏਜੰਸੀਆਂ ਗੈਰ ਨਾਗਰਿਕਾਂ ਤੇ ਤਿੱਖੀ ਨਜ਼ਰ ਰੱਖਦੀਆਂ ਨੇ ইআরও ਦੇ ਕਰਮਚਾਰੀਆਂ ਦੇ ਵਿੱਚ 7700 ਤੋਂ ਵੱਧ ਕਾਨੂੰਨ ਲਾਗੂ ਕਰਨ ਵਾਲੇ ਅਤੇ ਗੈਰ ਕਾਨੂੰਨ ਲਾਗੂ ਕਰਨ ਵਾਲੇ ਸਹਾਇਤਾ ਕਰਮਚਾਰੀ 25 ਘਰੇਲੂ ਫੀਲਡ ਦਫ਼ਤਰਾਂ ਅਤੇ ਦੇਸ਼ ਭਾਰ ਵਿੱਚ 208 ਸਥਾਨਾਂ 30 ਵਿਦੇਸ਼ੀ ਪੋਸਟਿੰਗਾਂ ਅਤੇ ਸਰਹੱਦ ਦੇ ਨਾਲ ਕਈ ਅਸਥਾਈ ਡਿਊਟੀ ਯਾਤਰਾ ਅਸਾਈਨਮੈਂਟਾਂ ਵਿੱਚ ਸ਼ਾਮਲ ਨੇ ਰੀਪੋਰਟ ਕਰਨ ਦੀ ਕਾਰਵਾਈ ਵਿੱਚ ਰੱਖੇ ਗਏ ਗੈਰ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਸੰਗੀ ਇਮੀਗ੍ਰੇਸ਼ਨ ਜੱਜਾਂ ਤੋਂ ਉਹਨਾਂ ਦੀ ਕਾਨੂੰਨੀ ਬਣਦੀ ਪ੍ਰਕਿਰਿਆ ਪ੍ਰਾਪਤ ਹੁੰਦੀ ਹੈ ਜੋ ਕਿ ਨਿਆ ਵਿਭਾਗ ਦੇ ਅੰਦਰ ਅਨਾਡ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ ਅਨਾਟ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਆਈਸੀਈ ਤੋਂ ਵੱਖਰੀ ਇਕਾਈ ਹੈ ਇਨ੍ਹਾਂ ਅਦਾਲਤਾਂ ਵਿੱਚ ਇਮੀਗ੍ਰੇਸ਼ਨ ਜੱਜ ਹਰੇਕ ਵਿਅਕਤੀਗਤ ਕੇਸ ਦੇ ਗੁਣਾਂ ਦੇ ਆਧਾਰ ਤੇ ਫੈਸਲੇ ਲੈਂਦੇ ਨੇ ਇਹ ਨਿਰਧਾਰਿਤ ਕਰਦੇ ਹੋਏ ਕਿ ਕੀ ਕੋਈ ਗੈਰ ਨਾਗਰਿਕ ਨੂੰ ਹਟਾਉਣ ਦੇ ਅੰਤਮ ਆਦੇਸ਼ ਦੇ ਅਧੀਨ ਹੈ ਜਾਂ ਆਉਣ ਤੋਂ ਰਾਹਤ ਦੇ ਕੁਝ ਰੂਪਾਂ ਲਈ ਯੋਗ ਹੈ ਇੱਕ ਵਾਰ ਜਦੋਂ ਇੱਕ ਗੈਰ ਨਾਗਰਿਕ ਨੂੰ ਕਿਸੇ ਇਮੀਗ੍ਰੇਸ਼ਨ ਜੱਜ ਜਾਂ ਹੋਰ ਕਾਨੂੰਨੀ ਤਰੀਕਿਆਂ ਦੁਆਰਾ ਜਾਰੀ ਕੀਤੇ ਹਟਾਉਣ ਦੇ ਅੰਤਮ ਆਦੇਸ਼ ਦੇ ਅਧੀਨ ਹੋ ਜਾਂਦਾ ਹੈ ਤਾਂ ICE ਅਧਿਕਾਰੀ ਹਟਾਉਣ ਨੂੰ ਪੂਰਾ ਕਰ ਸਕਦੇ ਨੇ ICE ਅਧਿਕਾਰੀ ਇੱਕ ਪੇਸ਼ੇਵਰ ਅਤੇ ਜ਼ਿੰਮੇਵਾਰ ਤਰੀਕੇ ਨਾਲ ਕੇਸ-ਦਰ-ਕੇਸ ਦੇ ਆਧਾਰ ਤੇ ਲਾਗੂ ਕਰਨ ਦੇ ਫੈਸਲੇ ਲੈਂਦੇ ਨੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਤੌਰ ਤੇ ਉਹਨਾਂ ਦੇ ਤਜਰਬੇ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਅਤੇ ਇਸ ਤਰੀਕੇ ਨਾਲ ਕਿ ਦੇਸ਼ ਲਈ ਸਭ ਤੋਂ ਵੱਡੇ ਖਤਰਿਆਂ ਤੋਂ ਸਭ ਤੋਂ ਵਧੀਆ ਰੱਖਿਆ ਕਰਦਾ ਹੈ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਲੋਕ ਕੈਲੀਫੋਰਨੀਆ ਸਟੇਟ ਵਿੱਚ ਪਹੁੰਚਦੇ ਨੇ ਅਤੇ ਉਸ ਤੋਂ ਬਾਅਦ ਨਿਊਯਾਰਕ ਦਾ ਨੰਬਰ ਆਉਂਦਾ ਹੈ ਮੇਅਰ ਨੇ ਕਿਹਾ ਕਿ ਨਿਊਯਾਰਕ 'ਚ 58000 ਤੋਂ ਵੱਧ ਲੋਕ ਸ਼ਰਨ ਮੰਗਣ ਦੀ ਉਡੀਕ ਵਿੱਚ ਨੇ ਜੋ ਕਿ ਇੱਕ ਬਹੁਤ ਵੱਡੀ ਸੰਖਿਆ ਹੈ ਇਹਨਾਂ ਦੀ ਗਿਣਤੀ ਦਿਨੋ ਦਿਨ ਹੋਰ ਵੀ ਵੱਧ ਰਹੀ ਹੈ ਉਹਨਾਂ ਨੇ ਦੱਸਿਆ ਕਿ ਨਾ ਪ੍ਰਵਾਸੀਆਂ ਦੀ ਸਾਮ ਸੰਭਾਲ ਦਾ ਕੰਮ ਚੱਲ ਰਿਹਾ ਹੈ ਇਹਨਾਂ ਨੂੰ ਰੱਖਣ ਦੇ ਲਈ ਇਸ ਟ੍ਰੇਵਰ ਦੇ ਇੱਕ ਟਾਪੂ ਤੋਂ ਇਲਾਵਾ ਮੈਨਹਟਨ ਕੁਇਨਸ ਬ੍ਰੌਂਗਸ ਰੈਲਜ਼ ਅਤੇ ਹੋਟਲ 모ਟਲ ਆਦ ਥਾਵਾਂ ਤੇ ਵੀ ਇੰਤਜ਼ਾਮ ਕੀਤਾ ਜਾ ਰਿਹਾ ਹੈ ਜ਼ਿਕਰ ਹੀ ਹੋਏਗੇ ਕਿ ਨਿਊਯਾਰਕ ਦੇ ਮੇਅਰ ਐਰਿਕ ਨੇ ਪਾਰੀ ਗਿਣਤੀ ਚ ਆ ਰਹੇ ਸ਼ਰਨਾਰਥੀਆਂ ਬਾਰੇ ਚਿੰਤਾ ਪ੍ਰਗਟਾਈ ਸੀ ਅਤੇ ਇਸ ਬਾਰੇ ਫੈਡਰਲ ਤੋਂ ਮਦਦ ਵੀ ਮੰਗੀ ਸੀ ਲਗਭਗ 70 ਭਾਰਤੀ ਨਾਗਰਿਕਾਂ ਨੇ ਆਪਣੇ ਮਾਲਕਾਂ ਦੁਆਰਾ ਕੀਤੀ ਗਈ ਧੋਖਾਧੜੀ ਕਾਰਨ ਉਹਨਾਂ ਨੂੰ H1B ਵੀਜ਼ਾ ਦੇਣ ਤੋਂ ਇਨਕਾਰ ਕਰਨ ਤੇ ਅਮਰੀਕੀ ਸਰਕਾਰ ਦੇ ਵਿਰੁੱਧ ਮਕਦਮਾ ਦਾਇਰ ਕਰ ਦਿੱਤਾ ਬਲੂਮਬਰਗ ਲਾਡਿਕ ਰਿਪੋਰਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਵਾਸ਼ਿੰਗਟਨ ਰਾਜ ਦੀ ਸੰਗੀ ਜ਼ਿਲਾ ਅਦਾਲਤ ਦੇ ਵਿੱਚ ਦਾਇਰ ਇੱਕ ਮੁਕਦਮੇ ਦੇ ਵਿੱਚ ਇਸ ਹਫਤੇ ਕਿਹਾ ਗਿਆ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਭਾਰਤੀ ਗ੍ਰੈਜੂਏਟਾਂ ਨੂੰ ਬਾਅਦ ਵਿੱਚ ਜਾਇਜ਼ ਕਾਰੋਬਾਰਾਂ 'ਚ ਨੌਕਰੀ ਕਰਨ ਦੇ ਬਾਵਜੂਦ ਐਚ1 ਵੀ ਵਿਸ਼ੇਸ਼ਤਾ ਕਿਤਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸ਼ਿਕਾਇਤ ਦੇ ਅਨੁਸਾਰ ਅਮਰੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦੇਸ਼ੀ ਗ੍ਰੈਜੂਏਟਾਂ ਲਈ ਸਿਖਲਾਈ ਪ੍ਰੋਗਰਾਮ ਦੁਆਰਾ ਨਿਯੁਕਤ ਕੀਤੇ ਗਏ ਭਾਰਤੀ ਗ੍ਰੈਜੂਏਟਾਂ ਨੂੰ ਜਵਾਬ ਦੇਣ ਦਾ ਮੌਕਾ ਦਿੱਤੇ ਬਿਨਾ ਉਹਨਾਂ ਨੇ ਕਾਰੋਬਾਰਾਂ ਨਾਲ ਜੁੜੇ ਹੋਣ ਦੇ ਲਈ ਗਲਤ ਤਰੀਕੇ ਨਾਲ ਸਜ਼ਾ ਦਿੱਤੀ। ਮੁਕਦਮੇ ਵਿੱਚ ਸ਼ਾਮਲ ਭਾਰਤੀਆਂ ਨੇ 4 ਆਈਟੀ ਸਟਾਫਿੰਗ ਕੰਪਨੀਆਂ ਐਂਡਵੈਲ ਟੈਕਨੋਲੋਜੀਜ਼, ਏਜੀ ਟੈਕ ਟੈਕਨੋਲੋਜੀਜ਼, ਐਲਐਲਸੀ ਇੰਟੀਗਰਾ ਟੈਕਨੋਲੋਜੀਜ਼ ਐਲਐਲਸੀ ਅਤੇ Wireclass Technologies LLC ਲਈ ਕੰਮ ਕੀਤਾ ਹਰੇਕ ਕੰਪਨੀ ਨੂੰ OPT ਪ੍ਰੈਕਟੀਕਲ ਜਾਨੀ ਕਿ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਦੇ ਵਿੱਚ ਹਿੱਸਾ ਲੈਣ ਲਈ ਮਨਜ਼ੂਰੀ ਦਿੱਤੀ ਗਈ ਸੀ ਅਤੇ E-verify ਰੋਜ਼ਗਾਰ ਤਸਦੀਕ ਪ੍ਰੋਗਰਾਮ ਦੁਆਰਾ ਪ੍ਰਮਾਣਿਤ ਕੀਤਾ ਗਿਆ ਸੀ ਬਹੁਤ ਸਾਰੇ ਅੰਤਰਰਾਸ਼ਟਰੀ ਗ੍ਰੈਜੂਏਟ H1V ਵੀਜ਼ਾ ਜਾਂ ਹੋਰ ਲੰਬੀ ਮਿਆਦ ਦੀ ਸਥਿਤੀ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਮਰੀਕਾ ਵਿੱਚ ਕੈਰੀਅਰ ਸ਼ੁਰੂ ਕਰਨ ਲਈ OPT ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਨੇ ਮੁਕਦਮੇ ਦੇ ਅਨੁਸਾਰ ਡੀ ਐਚ ਐਸ ਨੇ ਬਾਅਦ ਵਿੱਚ ਸਰਕਾਰ ਸਕੂਲਾਂ ਤੇ ਵਿਦੇਸ਼ੀ ਰਾਸ਼ਟਰੀ ਵਿਦਿਆਰਥੀਆਂ ਨੂੰ ਧੋਖਾ ਦੇਣ ਦੀ ਕੰਪਨੀ ਦੀ ਯੋਜਨਾ ਦਾ ਪਰਦਾਫਾਸ਼ ਕੀਤਾ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਨੇ ਰੌਕਸਟਮ ਰੋਡ ਬੰਦ ਹੋਣ ਵਗਰੋਂ ਨਵਾਰਾ ਲੱਭ ਲਿਆ ਜੀ ਹਾਂ ਹੁਣ ਅਨਟੋਰੀਓ ਅਤੇ ਕਿਊਬੈਕ ਦੇ ਹਵਾਈ ਅੜਿਆਂ ਤੇ ਪਨਾਹ ਮੰਗਣ ਵਾਲਿਆਂ ਦੇ ਮੇਲੇ ਲੱਗ ਰਹੇ ਨੇ ਬੀਤੇ ਜੂਨ ਮਹੀਨੇ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 4350 ਦਾਅਵਿਆਂ ਨਾਲ ਸੰਬੰਧਿਤ ਫਾਈਲਾਂ ਤਿਆਰ ਕੀਤੀਆਂ ਜਦਕਿ 1 ਸਾਲ ਪਹਿਲਾਂ ਇਹ ਅੰਕੜਾ ਕੇਵਲ 1360 ਦਰਜ ਕੀਤਾ ਗਿਆ ਸੀ ਦੂਜੇ ਪਾਸੇ ਰੌਕਸਮ ਰੋਡ ਬੰਦ ਹੋਣ ਤੋਂ ਪਹਿਲਾਂ ਜਨਵਰੀ ਵਿੱਚ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਤਕਰੀਬਨ 5000 ਸ਼ਰਨਾਰਥੀਆਂ ਨੂੰ ਰੋਕਿਆ ਗਿਆ ਪਰ ਜੂਨ ਵਿੱਚ ਇਹ ਅੰਕੜਾ ਕੇਵਲ 36 ਰਹਿ ਗਿਆ ਰਿਫਿਊਜ਼ਸ ਦੀ ਕਾਨੂੰਨੀ ਮਦਦ ਕਰਨ ਵਾਲੀ ਇੱਕ ਜਥੇਬੰਦੀ ਨੇ ਕਿਹਾ ਕਿ ਰੌਕਸਮ ਰੋਡ ਬੰਦ ਹੋਣ ਦੇ ਨਾਲ ਬਹੁਤਾ ਫਰਕ ਨਹੀਂ ਪਿਆ ਅਤੇ ਉਹਨਾਂ ਕੋਲ ਪਹਿਲਾਂ ਵਾਂਗ ਕੇਸ ਆ ਰਹੇ ਨੇ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਕਾਲਜ ਦੇ ਝਾਲੀ ਦਸਤਾਵੇਜ਼ ਤਿਆਰ ਕਰਕੇ ਸਟੱਡੀ ਵੀਜ਼ਾ ਤੇ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਠੱਗ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਜੋ ਕੈਨੇਡਾ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਉਹਨਾਂ ਨੂੰ ਬੀਤੇ ਦਿਨੀ ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪਰ ਉਹਨਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਨਹੀਂ ਦਿੱਤੀ ਗਈ ਕਥਿਤ ਦੋਸ਼ੀ ਧੋਖੇਬਾਜ਼ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ 25 ਅਕਤੂਬਰ ਨੂੰ ਅਗਲੀ ਅਦਾਲਤੀ ਤਰੀਕ ਤੱਕ ਜੇਲ੍ਹ ਵਿੱਚ ਰਹਿਣਾ ਪਾਏਗਾ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਨਜ਼ਰਬੰਦ ਬ੍ਰਿਜੇਸ਼ ਮਿਸ਼ਰਾ ਨੇ ਐਜੂਕੇਸ਼ਨ ਐਂਡ ਇਮੀਗ੍ਰੈਂਟਸ ਆਵਰਸਸ ਨਾਂ ਦਾ ਦਫ਼ਤਰ ਜਲੰਧਰ ਵਿੱਚ ਖੋਲ੍ਹਿਆ ਹੋਇਆ ਸੀ ਇਸ ਮਾਮਲੇ ਦੇ ਨਾਲ ਸੰਬੰਧਤ ਵਿਦਿਆਰਥੀ 2018 ਤੇ 2019 ਵਿੱਚ ਕੈਨੇਡਾ ਆਏ ਅਤੇ ਫਰਜ਼ੀ ਤੋਖਾ ਟੜੀਤਾ ਸਕੈਂਡਲ ਮਾਰਚ 2023 ਚ ਸਾਹਮਣੇ ਆਇਆ ਜਦੋਂ ਵਿਦਿਆਰਥੀਆਂ ਨੇ ਸਥਾਈ ਤੌਰ ਤੇ ਨਿਵਾਸ ਦੇ ਲਈ ਅਰਜ਼ੀਆਂ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੱਤਰ ਜਾਲੀ ਨੇ ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਸਿਰ ਤੇ ਦੇਸ਼ ਨਿਕਾਲੇ ਦੀ ਤਲਵਾਰ ਵੀ ਲਟਕੀ ਸੀ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਖਬਰ ਦੇ ਮੁਤਾਬਕ ਅਮਰੀਕਾ ਤੋਂ ਇੱਕ ਦਿਨ ਦੇ ਵਿੱਚ 21 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਮਤਲਬ ਦੇਸ਼ ਵਾਪਸ ਭੇਜ ਦਿੱਤਾ ਗਿਆ ਰਿਪੋਰਟਾਂ ਦੇ ਅਨੁਸਾਰ ਇਹਨਾਂ ਵਿਦਿਆਰਥੀਆਂ ਵਿੱਚੋਂ ਇੱਕ ਦਰਜਨ ਤੇਲਗੂ ਵਿਦਿਆਰਥੀ ਨੇ ਜੋ ਇਸ ਹਫਤੇ ਮਾਸਟਰਸ ਕੋਰਸ ਤੇ ਲਈ ਅਮਰੀਕਾ ਪਹੁੰਚੇ ਦਿਲਗੁਰਾਜਾਂ ਦੇ ਵਿਦਿਆਰਥੀਆਂ ਦੇ ਵਿੱਚੋਂ ਕੁਝ ਨੇ ਦਾਵਾ ਕੀਤਾ ਕਿ ਉਹਨਾਂ ਨੇ ਵੀਜ਼ਾ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਸੀ ਅਤੇ ਫਿਰ ਉਹ ਉੱਚ ਸਿੱਖਿਆ ਲਈ ਆਪਣੇ ਕਾਲਜਾਂ ਵਿੱਚ ਪੜ੍ਹਨ ਦੇ ਲਈ ਅਮਰੀਕਾ ਪਹੁੰਚੇ ਸੀ ਉੱਧਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਕੁਝ ਸਮੇਂ ਲਈ ਹਿਰਾਸਤ ਵਿੱਚ ਰੱਖ ਕੇ ਵਾਪਸ ਭੇਜ ਦਿੱਤਾ ਇਹਨਾਂ 'ਚੋਂ ਜ਼ਿਆਦਾਤਰ ਐਟਲਾਂਟਾ ਸ਼ਿਕਾਗੋ ਅਤੇ ਸਾਨ ਫਰਾਂਸਿਸਕੋ ਹਵਾਈ ਅੱਡਿਆਂ ਤੇ ਉਤਰੇ ਸੀ ਮੀਡੀਆ ਰਿਪੋਰਟ ਦੇ ਮਤਾਬਕ ਕਿ ਕਾਰਵਾਈ 16 ਅਕਤੂਬਰ ਨੂੰ ਕੀਤੀ ਗਈ ਵਿਦਿਆਰਥੀ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹਨਾਂ ਨੂੰ ਵਾਪਸ ਕਿਉਂ ਭੇਜਿਆ ਗਿਆ ਅਤੇ ਇਹ ਮੰਨਿਆ ਗਿਆ ਕਿ ਇਸ ਦਾ ਉਹਨਾਂ ਦੇ ਵੀਜ਼ਾ ਦਸਤਾਵੇਜ਼ਾਂ ਦੇ ਨਾਲ ਕੋਈ ਸੰਬੰਧ ਹੈ ਕੁਝ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦੇ ਫੋਨ ਅਤੇ ਇੱਥੋਂ ਤੱਕ ਕਿ ਵਟਸਐਪ ਚੈਟ ਵੀ ਚੈੱਕ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਤੋਂ ਉਹਨਾਂ ਦੀ ਸਿੱਖਿਆ ਵੀਜ਼ਾ ਇੰਟਰਵਿਊ ਸਲਾਹਕਾਰਾਂ ਤੋਂ ਦਾਖਲਾ ਮਦਦ ਬਾਰੇ ਪੁੱਛਗਿੱਛ ਕੀਤੀ ਗਈ ਅਤੇ ਅਗਲੇ ਦਿਨ ਇਰ ਇੰਡੀਆ ਦੀ ਉਡਾਣ ਤੇ ਦਿੱਲੀ ਲਈ ਬਿਠਾਏ ਜਾਣ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਰਿਪੋਰਟ ਕੀਤੇ ਗਏ ਕਈ ਵਿਦਿਆਰਥੀ ਦਸਤਾਵੇਜ਼ਾਂ ਦੀ ਘਾਟ ਅਤੇ ਬਕਾਇਆ ਅਧਿਕਾਰਤ ਪ੍ਰਕਿਰਿਆ ਕਾਰਨ ਕਥਿਤ ਤੌਰ ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਤੇ ਫਸੇ ਹੋਏ ਸੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਆਈਸੀਈ ਅਧਿਕਾਰੀਆਂ ਦਾ ਰਵੱਈਆ ਮਨਮਾਨੀ ਸੀ ਅਤੇ ਦੂਤ ਘਰ ਅਤੇ ਯੂਨੀਵਰਸਿਟੀਆਂ ਤੋਂ ਸਾਰੇ ਲੜਿੰਦੇ ਦਸਤਾਵੇਜ਼ ਹੋਣ ਦੇ ਬਾਵਜੂਦੋ ਜਵਾਬਦੇਹ ਨਹੀਂ ਸਨ ਹੋਰਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ਾਂਤੀ ਨਾਲ ਚਲੇ ਜਾਣ ਦੇ ਲਈ ਕਿਹਾ ਗਿਆ ਸੀ ਅਤੇ ਇਤਰਾਜ਼ ਕਰਨ ਤੇ ਗੰਭੀਰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਸੀ। ਕੁਝ ਵਿਦਿਆਰਥੀਆਂ ਨੇ ਕਿਹਾ ਹੈ ਕਿ ਉਹ ਜਿਹੜੀਆਂ ਸੁਧਾਰਨ ਆਮ ਤੌਰ ਤੇ ਜਿਹੜੀਆਂ ਸੁਧਾਰਨ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਲਈ ਗਏ ਉਹਨਾਂ ਵਿੱਚ ਮਿਸੂਰੀ ਅਤੇ ਦੱਖਣੀ ਝਕੋਟਾ ਰਾਜਾਂ ਦੀਆਂ ਯੂਨੀਵਰਸਿਟੀਆਂ ਵੀ ਸ਼ਾਮਲ ਨੇ। ਦੁਖੀ ਵਿਦਿਆਰਥੀ ਸਮੇਂ, ਪੈਸੇ ਅਤੇ ਭਵਿੱਖ ਦੇ ਵੱਡੇ ਨੁਕਸਾਨਾਂ ਅਤੇ ਦੇਸ਼ ਨਿਕਾਲਾ ਦਿੱਤੇ ਜਾਣ ਦੇ ਨਤੀਜਿਆਂ ਬਾਰੇ ਚਿੰਤਤ ਨੇ। ਅਟਲਾਂਟਿਕ ਮਹਾਸਾਗਰ ਵਿੱਚ ਕੇਪ ਵਰਡ ਟਾਪੂ ਨੇੜੇ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਪਿਛਲੇ ਦਿਨੀ ਪਲਟ ਗਈ ਜਦੋਂ ਤੱਕ ਇਹ ਖਬਰ ਲਿਖੀ ਗਈ ਉਦੋਂ ਤੱਕ ਇਸ ਹਾਦਸੇ ਦੇ ਵਿੱਚ 60 ਲੋਕਾਂ ਦੇ ਡੁੱਬਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਇਸ ਦੇ ਨਾਲ ਹੀ 38 ਲੋਕਾਂ ਨੂੰ ਬਚਾਇਆ ਗਿਆ ਸੀ ਜਦਕਿ ਸਥਾਨਕ ਮੁਰਦਾ ਘਰ ਚ 7 ਲਾਸ਼ਾਂ ਪਹੁੰਚ ਚੁੱਕੀਆਂ ਸਨ ਦੱਸਦੇ ਹੋਏ ਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਮਾਈਗ੍ਰੇਸ਼ਨ ਨੇ ਬੀਤੇ ਬੁੱਧਵਾਰ ਨੂੰ ਕਿਹਾ ਕਿ ਕਿਸ਼ਤੀ ਪਿਛਲੇ ਮਹੀਨੇ ਸਨੇਗਲ ਤੋਂ ਰਵਾਨਾ ਹੋਈ ਸੀ ਜਹਾਜ਼ ਵਿੱਚ 100 ਤੋਂ ਵੱਧ ਸ਼ਰਨਾਰਥੀ ਸਵਾਰ ਸੀ ਇਸ ਤੋਂ ਇਲਾਵਾ ਕਿਸ਼ਤੀ ਕਦੋਂ ਅਤੇ ਕਿਵੇਂ ਭਲੜ ਗਈ ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਇਸ ਨੂੰ ਆਖਰੀ ਵਾਰ ਸੋਮਵਾਰ ਨੂੰ 스ਪੈਨਿਸ਼ ਮੱਛੀ ਫੜਨ ਵਾਲੀ ਕਿਸ਼ਤੀ ਦੇ ਸਵਾਰਾਂ ਵੱਲੋਂ ਵੇਖਿਆ ਗਿਆ ਉਹਨਾਂ ਨੇ ਇਸ ਬਾਰੇ ਕੇਪ ਵਾਰਡੀਅਨ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਸੀ ਜਾਣਕਾਰੀ ਦੇ ਅਨੁਸਾਰ ਕੇਪ ਵਰਡੇ ਪੱਛਮੀ ਅਫਰੀਕੀ ਤੱਟ ਤੇ ਸਥਿਤ ਇੱਕ ਟਾਪੂ ਦੇਸ਼ ਹੈ ਜਿੱਥੇ 스ਪੈਨਿਸ਼ ਕੈਨਰੀ ਟਾਪੂਆਂ ਨੂੰ ਜ ਵਾਲੀਆਂ ਕਿਸ਼ਤੀਆਂ ਇੱਥੋਂ ਹੀ ਲੰਘਦੀਆਂ ਨੇ ਕੈਂਡਰੀ ਟਾਪੂ ਨੂੰ ਯੂਰੋਪੀਅਨ ਯੂਨੀਅਨ ਦਾ ਗੇਟਵੇ ਕਿਹਾ ਜਾਂਦਾ ਹੈ ਹਜ਼ਾਰਾਂ ਅਫਰੀਕੀ ਪ੍ਰਵਾਸੀ ਗਰੀਬੀ ਅਤੇ ਯੁੱਧ ਤੋਂ ਬਚਣ ਦੇ ਲਈ ਗੈਰ ਕਾਨੂੰਨੀ ਤੌਰ ਤੇ ਯੂਰੋਪੀਅਨ ਯੂਨੀਅਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਉਹ ਜ਼ਿਆਦਾਤਰ ਛੋਟੀਆਂ ਕਿਸ਼ਤੀਆਂ ਵਿੱਚ ਸਫ਼ਰ ਕਰਦੇ ਨੇ ਅਤੇ ਆਪਣੀ ਜਾਨ ਨੂੰ ਖਤਰੇ 'ਚ ਪਾਉਂਦੇ ਨੇ ਜ਼ਿਕਰਯੋਗ ਹੈ ਕਿ 2022 ਵਿੱਚ ਕੈਂਡਰੀ ਟਾਪੂ ਤੱਕ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ 590 ਲੋਕਾਂ ਦੀ ਜਾਨ ਚਲੀ ਗਈ। ਇਸ ਸਾਲ ਦੇ ਪਿਛਲੇ 6 ਮਹੀਨਿਆਂ ਵਿੱਚ ਕੈਂਦਰੀ ਟਾਪੂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ 126 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ। ਇਸ ਦੌਰਾਨ ਕਿਸ਼ਤੀਆਂ ਤੋੜਨ ਦੇ 15 ਮਾਮਲੇ ਸਾਹਮਣੇ ਆਏ ਨੇ। ਇਸ ਸਾਲ ਜਨਵਰੀ ਵਿੱਚ ਬਚਾਅ ਟੀਮਾਂ ਨੇ ਕੇਪ ਵਰਡੇ ਵਿੱਚ 90 ਲੋਕਾਂ ਦੀ ਜਾਨ ਬਚਾਈ। ਇਸ ਤੋਂ ਇਲਾਵਾ ਯੁੱਧ ਜਾਂ ਫਿਰ ਬਦਲੇ ਦੀ ਭਾਵਨਾ ਨਾਲ ਹਰ ਸਾਲ ਕਿੰਨੇ ਲੋਕਾਂ ਦੀ ਜਾਨ ਜਾਂਦੀ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ। ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਭਾਰਤੀ ਮੂਲ ਦੇ 40 ਵਿਅਕਤੀ ਭੀਖ ਮੰਗਣ ਦੇ ਲਈ ਮਜਬੂਰ ਨੇ ਕਿਉਂਕਿ ਉਹ ਰੋਜ਼ਗਾਰ ਭਰਤੀ ਲਈ ਲੱਖਾਂ ਰੁਪਏ ਦੇ ਕੇ ਵਿਦੇਸ਼ ਗਏ ਅਤੇ ਇੱਥੇ ਆ ਕੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ ਇਹ 40 ਵਿਅਕਤੀ ਇੱਕ ਤਿੰਨ ਬੈੱਡਰੂਮ ਵਾਲੇ ਘਰ ਚ ਰਹਿੰਦੇ ਨੇ ਇੱਕੋ ਬਾਥਰੂਮ ਇੱਕੋ ਰਸੋਈ ਵਰਤਦੇ ਨੇ ਦੱਸਦੀਏ ਕਿ ਇਸ ਮਾਮਲੇ ਤੋਂ ਬਾਅਦ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਥਿਤ ਵੀਜ਼ਾ ਧੋਖਾਧੜੀ ਅਤੇ ਪ੍ਰਵਾਸੀ ਸ਼ੋਸ਼ਣ ਦੀ ਇੱਕ ਵੱਡੀ ਜਾਂਚ ਸ਼ੁਰੂ ਕੀਤੀ ਹੈ ਜੋ ਕਿ ਗੰਭੀਰ ਅਪਰਾਧਿਕ ਅਪਰਾਧ ਵਜੋਂ ਕੀਤੀ ਜਾਣੀ ਹੈ ਇਮੀਗ੍ਰੇਸ਼ਨ ਮੰਤਰੀ ਲਿਟਲ ਨੇ ਇਸ ਸੰਬੰਧੀ ਕਿਹਾ ਕਿ ਸਾਡੇ ਕੋਲ ਲਗਭਗ 27000 ਮਾਨਤਾ ਪ੍ਰਾਪਤ ਰੋਜ਼ਗਾਰਦਾਤਾ ਨੇ ਸਾਡੇ ਕੋਲ ਇਸ ਵੀਜ਼ਾ ਸਕੀਮ ਦੇ ਤਹਿਤ ਨਿਊਜ਼ੀਲੈਂਡ ਦੇ ਵਿੱਚ ਲਗਭਗ 77000 ਕਰਮਚਾਰੀ ਨੇ ਜ਼ਿਆਦਾਤਰ ਲੋਕ ਵਧੀਆ ਕੰਮ ਕਰ ਰਹੇ ਨੇ ਨਿਊਜ਼ੀਲੈਂਡ ਤੋਂ ਇੱਕ ਵੱਡੀ ਇਹ ਜਿਹੜੀ ਹੈ ਇਹ ਖਬਰ ਆਈ ਹੈ ਔਰ ਇਸ ਤੋਂ ਬਾਅਦ ਸਾਰੇ ਪਾਸੇ ਇਸ ਗੱਲ ਨੂੰ ਲੈ ਕੇ ਰੋਲਾ ਵੀ ਪਿਆ ਹੋਇਆ ਹੈ ਕਿ ਨਾਲ ਦੇ ਨਾਲ ਇਹ ਵੀ ਕਿਹਾ ਗਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਕੁਝ ਦਿਨ ਖਾਣ ਪੀਣ ਦੇ ਲਈ ਰਾਸ਼ਨ ਆਦ ਵੀ ਦਿੱਤਾ ਜਾਂਦਾ ਰਿਹਾ ਪਰ ਹੁਣ ਕੁਝ ਦਿਨ ਤੋਂ ਕੋਈ ਰਾਸ਼ਨ ਨਹੀਂ ਦਿੱਤਾ ਗਿਆ। ਕਰੀਬ 3-4 ਮਹੀਨਿਆਂ ਤੋਂ ਕੰਮ ਵੀ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਖਾਣ ਪੀਣਾ ਜਿਹੜਾ ਹੈ ਉਹਦਾ ਸਮਾਨ ਖਤਮ ਹੋ ਗਿਆ ਅਤੇ ਉਹ ਭੀਖ ਮੰਗਣ ਦੇ ਲਈ ਮਜਬੂਰ ਨੇ ਤਰਨਤਾਰਾ ਨਮਰਸਤਰ ਨਵਾਂ ਸ਼ਹਿਰ ਅਤੇ ਹੋਰ ਥਾਵਾਂ ਦੇ ਨੌਜਵਾਨ ਜੋ ਦੁਬਈ ਦੇ ਵਿੱਚ ਟਰਾਲੇ ਚਲਾਉਂਦੇ ਸੀ ਉਹਨਾਂ ਨੇ ਦੱਸਿਆ ਕਿ ਨਿਊਜ਼ੀਲੈਂਡ ਨਾਲੋਂ ਤਾਂ ਦੁਬਈ ਵਿੱਚ ਉਹਨਾਂ ਦੀ ਜ਼ਿੰਦਗੀ ਚੰਗੀ ਸੀ। ਉਹਨਾਂ ਨੇ ਦੱਸਿਆ ਕਿ ਦੱਖਣੀ ਭਾਰਤ ਤੋਂ ਆਏ ਕੰਮੇ ਕਰੀਬ 7 ਲੱਖ ਤੋਂ 10 ਲੱਖ ਰੁਪਏ ਤੇ ਦੁਬਈ ਤੋਂ ਆਏ ਕੰਮੇ 13 ਤੋਂ 20 ਲੱਖ ਰੁਪਏ ਏਜੰਟਾਂ ਨੂੰ ਦੇ ਕੇ ਚੰਗੇ ਭਵਿੱਖ ਦੀ ਆਸ ਵਿੱਚ ਨਿਊਜ਼ੀਲੈਂਡ ਆਏ ਪਰ ਮੌਜੂਦਾ ਹਾਲਾਤ ਵਿੱਚ ਹੁਣ ਉਹਨਾਂ ਕੋਲ ਨਾ ਤਾਂ ਕੰਮ ਹੈ, ਨਾ ਹੀ ਖਾਣ-ਪੀਣ ਦਾ ਰਾਸ਼ਨ ਹੈ ਅਤੇ ਇੱਕ ਗੱਡੀਆਂ ਵਿੱਚ 30 ਤੋਂ 35 ਵਿਅਕਤੀ ਨਰਕ ਭਰੀ ਜ਼ਿੰਦਗੀ ਜੀਉਣ ਦੇ ਲਈ ਮਜਬੂਰ ਨੇ। ਇੰਗਲਿਸ਼ ਚੈਨਲ ਦੇ ਵਿੱਚ ਪ੍ਰਵਾਸੀ ਕਿਸ਼ਤੀ ਪਲਟਣ ਤੋਂ ਬਾਅਦ ਕਟੋਕਟ ਪਿਛਲੇ ਦਿਨੀ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕੁਝ ਲੋਕ ਲਾਪਤਾ ਦੱਸੇ ਗਏ ਸੀ ਸ਼ਨੀਵਾਰ ਸਵੇਰੇ ਇੱਕ ਕਿਸ਼ਤੀ ਦੇ ਪਾਣੀ ਵਿੱਚ ਟਕਰਾ ਜਾਣ ਤੋਂ ਬਾਅਦ ਫ੍ਰਾਂਸੀਸੀ ਅਤੇ ਬ੍ਰਿਟਿਸ਼ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਕਾਰਵਾਈ ਵਿੱਚ ਦਰਜਨਾ ਲੋਕਾਂ ਨੂੰ ਬਚਾਇਆ ਗਿਆ ਸੀ ਫਰਾਂਸ ਅਧਿਕਾਰੀਆਂ ਨੇ ਦੁਪਹਿਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਜਹਾਜ਼ ਤੇ ਡੁੱਬਣ ਤੋਂ ਬਚੇ ਲੋਕਾਂ ਦਾ ਕਹਿਣਾ ਹੈ ਕਿ ਡੁੱਬਣ ਵਾਲੀ ਕਿਸ਼ਤੀ ਦੇ ਵਿੱਚ ਘੱਟੋ-ਘੱਟ 65 ਲੋਕ ਸਨ ਇੱਕ ਵੱਡੇ ਪੱਧਰ ਤੇ ਖੋਜ ਅਤੇ ਬਚਾਅ ਕਾਰਜ ਜਾਰੀ ਸੀ ਜਿਸ ਵਿੱਚ ਦੋ ਫਰਾਂਸੀਸੀ ਜਹਾਜ਼ ਕਈ ਕਿਸ਼ਤੀਆਂ ਅਤੇ ਵਪਾਰੀ ਜਹਾਜ਼ ਯੂਕੇ ਕੋਸਟਗਾਰਡ ਅਤੇ ਇੱਕ ਬ੍ਰਿਟਿਸ਼ ਚਾਰਟਰਡ ਜਹਾਜ਼ ਸ਼ਾਮਲ ਨੇ ਲਗਭਗ 58 ਲੋਕਾਂ ਨੂੰ ਬਚਾ ਲਿਆ ਗਿਆ ਸੀ ਜਦੋਂ ਤੱਕ ਇਹ ਖਬਰ ਲਿਖੀ ਗਈ ਸੀ ਕਈਆਂ ਨੂੰ ਸਟ੍ਰੈਚਰ ਤੇ ਲਾਈਫ ਬੋਟਾਂ ਤੋਂ ਉਤਾਰਿਆ ਗਿਆ 6 ਲੋਕਾਂ ਜਿਨ੍ਹਾਂ ਵਿੱਚੋਂ ਇੱਕ ਨੂੰ 에ਅਰ ਲਿਫਟ ਕਰਕੇ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰਵਾਦ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਬਚਾਏ ਗਏ ਲੋਕਾਂ 'ਚ ਕੁਝ ਬੱਚੇ ਸ਼ਾਮਲ ਨੇ ਅਤੇ ਜ਼ਿਆਦਾਤਰ ਅਫਗਾਨਿਸਤਾਨ ਦੇ ਸੀ ਅਤੇ ਕੁਝ ਸੂਡਾਨੀ ਸਨ ਫਰਾਂਸ ਦੀ ਪ੍ਰਧਾਨ ਮੰਤਰੀ ਅਲੀਜ਼ਾਬੈਥ ਨੇ ਇੱਕ ਟਵੀਟ ਵਿੱਚ ਉਹਨਾਂ ਨੇ ਪ੍ਰਵਾਸੀ ਪੀੜਤਾਂ ਲਈ ਦੁੱਖ ਸਾਂਝਾ ਕੀਤਾ ਫ੍ਰਾਂਸ ਦੇ ਟੱਟ ਤੇ ਇੰਗਲਿਸ਼ ਚੈਨਲ ਦੇ ਵਿੱਚ ਇੱਕ ਛੋਟੇ ਜਹਾਜ਼ ਦੇ ਡੁੱਬਣ ਕਾਰਨ 6 ਪ੍ਰਵਾਸੀਆਂ ਦੀ ਮੌਤ ਹੋਈ ਉਸ ਤੋਂ ਬਾਅਦ ਬ੍ਰਿਟੇਨ ਵਿੱਚ ਵਿਰੋਧੀ ਧਿਰ ਨੇ ਅਸੁਰੱਖਿਅਤ ਛੋਟੇ ਜਹਾਜ਼ਾਂ ਦੇ ਮੁੱਦੇ ਤੇ ਕਾਰਵਾਈ ਕਰਨ ਲਈ ਸਰਕਾਰ ਤੇ ਦਬਾਅ ਪਾਇਆ ਸ਼ਨੀਵਾਰ ਨੂੰ ਵਾਪਰੇ ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਸਵਾਰ 59 ਲੋਕਾਂ ਨੂੰ ਬਚਾਇਆ ਗਿਆ ਬ੍ਰਿਟੇਨ ਦੀ ਗ੍ਰਹਿ ਮੰਤਰੀ ਸਵੇਲਾ ਨੇ ਹਾਦਸੇ ਵਿੱਚ ਲੋਕਾਂ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਬ੍ਰਿਟੇਨ ਸਰਹੱਦੀ ਫੋਰਸ ਦੀ ਟੀਮ ਦੇ ਨਾਲ ਗੱਲ ਕੀਤੀ ਹੈ ਉੱਥੇ ਲੇਬਰ ਪਾਰਟੀ ਅਤੇ ਹੋਰ ਕਾਰਕੁੰਨਾਂ ਨੇ ਬ੍ਰਿਟੇਨ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਲਈ ਪ੍ਰਵਾਸੀਆਂ ਵੱਲੋਂ ਵਰਤੇ ਜਾਂਦੇ ਅਸੁਰੱਖਿਅਤ ਛੋਟੇ ਜਹਾਜ਼ਾਂ ਦੇ ਮੁੱਦੇ ਤੇ ਕਾਰਵਾਈ ਕਰਨ ਦੇ ਲਈ ਸਰਕਾਰ ਤੇ ਦਬਾਅ ਬਣਾਇਆ ਬਰੇਵਰ ਮੈਨ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਮੇਰੀ ਹਮਦਰਦੀ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਹੈ ਸਵੇਰੇ ਮੈਂ ਬਾਰਡਰ ਫੋਰਸ ਟੀਮ ਨਾਲ ਗੱਲ ਕੀਤੀ ਜੋ ਫ੍ਰਾਂਸੀਸੀ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੀ ਹੈ ਇਜਹਾਜ਼ ਸ਼ਨੀਵਾਰ ਨੂੰ ਫਰਾਂਸ ਦੇ ਸੰਗਾਟੇ ਤੋਂ 20 ਕਿਲੋਮੀਟਰ ਦੂਰ ਸਮੁੰਦਰ ਵਿੱਚ ਡੁੱਬਿਆ ਜਹਾਜ਼ ਵਿੱਚ ਸਮਰਾਤਾ ਤੋਂ ਬਾਅਦ ਲੋਕੀ ਲੋਕਾਂ ਨੂੰ ਬਚਾਉਣ ਲਈ ਫਰਾਂਸ ਦੇ ਪੰਜ ਜਹਾਜ਼ ਜਿਹੜੇ ਨੇ ਉਹ ਲਗਾਤਾਰ ਕੰਮ ਕਰ ਰਹੇ ਸਿਗੇ ਜਿਸ ਦੇ ਵਿੱਚ ਦੋ ਬ੍ਰਿਟਿਸ਼ ਜਹਾਜ਼ ਅਤੇ ਇੱਕ ਹੈਲੀਕਾਪਟਰ ਮਹਿਮ ਦੇ ਵਿੱਚ ਸ਼ਾਮਲ ਕੀਤੇ ਗਏ ਬ੍ਰਿਟੇਨ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਇਹ ਘਟਨਾ ਛੋਟੇ ਜਹਾਜ਼ਾਂ ਰਾਹੀਂ ਚੈਨਲ ਨੂੰ ਪਾਰ ਕਰਨ ਦੇ ਜੋਖਮਾਂ ਦੀ ਫਿਰ ਤੋਂ ਯਾਦ ਦਿਵਾਉਂਦੀ ਹੈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਮਨੁੱਖੀ ਤਸਕਰਾਂ ਦੇ ਕਾਰੋਬਾਰੀ ਮਾਡਲ ਨੂੰ ਤੋੜ ਦਈਏ ਅਤੇ ਇਹਨਾਂ ਕਿਸ਼ਤੀਆਂ ਨੂੰ ਰੋਕ ਦਈਏ ਲੇਬਰ ਪਾਰਟੀ ਦੇ ਨੇਤਾ ਸਟੀਫਨ ਨੇ ਸਰਕਾਰ ਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਕੋਈ ਬਿਹਾਰਕ ਯੋਜਨਾ ਨਾ ਹੋਣ ਦਾ ਦੋਸ਼ ਲਗਾਇਆ ਉਹਨਾਂ ਨੇ ਕਹਿਿਆ ਕਿ ਕਿਸ਼ਤੀਆਂ ਛੋਟੇ ਜਹਾਜ਼ਾਂ ਨਾਲ ਜੁੜੇ ਹਾਦਸਿਆਂ ਨੂੰ ਰੋਕਣ ਲਈ ਕਦਮ ਚੁੱਕਣ ਦਾ ਸਮਾਂ ਆ ਗਿਆ। ਅਸੀਂ ਬੈਠੇ ਨਹੀਂ ਰਹਿ ਸਕਦੇ ਕਿਉਂਕਿ ਲੋਕਾਂ ਦੀ ਜਾਨ ਖਤਰੇ 'ਚ ਹੈ। ਇੱਥੇ ਜ਼ਿਕਰਯੋਗ ਹੈ ਕਿ ਲੋਕ ਗੈਰਕਾਨੂੰਨੀ ਤਰੀਕੇ ਦੇ ਨਾਲ ਇੰਗਲਿਸ਼ ਚੈਨਲ ਪਾਰ ਕਰਦੇ ਨੇ ਜੋ ਕਿ ਯੂਕੇ ਦੇ ਲਈ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ ਯੂਕੇ ਦੀ ਟੌਂਕੀ। ਇਸ ਤਾਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਫਿਲਹਾਲ ਬਰਨ ਕੋਰ ਮਾਨ ਨੂੰ ਦਿਵਾ ਗਿਆ ਤੇ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ